ਕਿੰਨੀ ਵੱਡੀ ਪੱਧਰ ਦੇ ਉੱਤੇ ਗੋਲੀ ਚੱਲੀ, ਕਿੰਨੇ ਲੋਕ ਜ਼ਖਮੀ ਹੋਏ, ਕਿੰਨੇ ਦੀਆਂ ਲੱਤਾਂ ਟੁੱਟੀਆਂ, ਕਿੰਨੇ ਦੀਆਂ ਅੱਖਾਂ ਗਈਆਂ। ਉਹ ਪੰਜਾਬ ਗਵਰਨਮੈਂਟ ਵੱਲੋਂ ਕੋਈ ਨੋਟਿਸ ਨਾ ਲੈਣਾ, ਇਕੱਲਾ ਮੁੱਖ ਮੰਤਰੀ ਨਹੀਂ, ਪੂਰੀ ਦੀ ਪੂਰੀ ਸਰਕਾਰ ਪਲਟਣੀ ਪੈ ਗਈ। ਇਹਦਾ ਮਤਲਬ ਇਹ ਨਿਕਲਦਾ ਕਿ ਅੰਦੋਲਨ ਚੜ੍ਹਦੀ ਕਲਾ 'ਚ। ਜੋ BJP ਦੇ ਪ੍ਰਤੀ ਲੋਕਾਂ ਦੇ ਅੰਦਰ ਗੁੱਸਾ ਹੈ, ਉਹ ਗੁੱਸਾ ਖਤਮ ਨਹੀਂ ਹੋਣ ਲੱਗਿਆ। ਉਹ ਗੁੱਸਾ ਸਗੋਂ ਮਤਲਬ ਅਗਰ ਸਰਕਾਰ ਨੂੰ ਇਵੇਂ ਜਿਵੇਂ ਲਮਕਾਏਗੀ, ਉਹ ਗੁੱਸਾ ਹੋਰ ਤੇਜ਼ ਹੋ। ਸਾਨੂੰ ਐਡੀ ਗੱਲ ਇਹ ਵੀ ਨਹੀਂ ਹੁੰਦੀ ਕਿ ਇੰਟਰਸਟ ਨਹੀਂ ਹੁੰਦਾ ਗਾ ਵੀ ਜ਼ਰੂਰ ਮੀਟਿੰਗ ਕਰੇ ਸਰਕਾਰ ਕੋਲ। ਸਾਡੀ ਤਾਂ ਇੱਕੋ ਗੱਲ ਹੈ ਕਿ ਸਾਡੀਆਂ ਮੰਗਾਂ ਮੰਨੇ, ਸਾਡੇ ਮਸਲਿਆਂ ਦਾ ਹੱਲ ਕਰੇ। ਉਹ ਸਰਕਾਰ ਜਿੱਥੇ ਮਰਜ਼ੀ ਬੈਠੀ ਕਰ ਸਕਦੀ ਹੈ। ਦੇਖੋ, ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਮੈਂ ਤਾਂ ਇਹ ਕਹੂੰਗਾ। ਜੋ 21 ਤਰੀਕ ਨੂੰ ਵਾਪਰਿਆ ਉਹ ਨਹੀਂ ਸੀ ਵਾਪਰਨਾ, ਜੇਕਰ ਜਿਹੜਾ ਅਸੀਂ 14 ਤਰੀਕ ਨੂੰ ਪੰਜਾਬ ਸਰਕਾਰ ਨੂੰ ਹਰਿਆਣਾ ਪੁਲਿਸ ਦਾ ਅਧਿਕਾਰੀ ਫੜ ਕੇ ਦਿੱਤਾ, ਅਗਰ ਉਹਦੇ 'ਤੇ ਕਾਰਵਾਈ ਕਰ ਜਾਂਦੇ ਤਾਂ ਹਰਿਆਣੇ ਵਾਲਿਆਂ ਦੀ ਜ਼ਰੂਰਤ ਨਹੀਂ ਸੀ ਪੈਂਦੀ ਕਿ ਸਾਡੇ ਮੁੰਡਿਆਂ ਨੂੰ ਪ੍ਰਵੋਕ। ਜੇ ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਲਾਏ, ਫਿਰ ਉਹ ਪੁਲਿਸ ਹੈ ਜਾਂ ਕੁਛ ਹੋਰ ਹੈ, ਪੁਲਿਸ ਦੇ ਰੂਪ 'ਚ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਔਰ ਉਹਨਾਂ ਉਹ ਪ੍ਰਵੋਕ ਕਰਨ ਦੀ ਕੋਸ਼ਿਸ਼ ਹੋਈ ਉਦੋਂ ਵੀ ਹੁੰਦੀ ਰਹੀ ਜਿਹਦੇ ਵਿੱਚ ਪੰਜਾਬ ਸਰਕਾਰ ਨਾਕਾਮ ਰਹੀ। ਤਾਂ ਪੰਜਾਬ ਗਵਰਨਮੈਂਟ ਦੀ ਇੱਥੇ ਨਾਕਾਮੀ ਰਹੀ ਹੈ। ਸਾਨੂੰ ਅਖੀਰ ਨੂੰ ਹਾਈ ਕੋਰਟ ਦਾ ਆਸਰਾ ਲੈਣਾ ਪਿਆ। ਸ਼ੰਭੂ ਮੋਰਚੇ ਦੇ ਉੱਤੇ ਖੜਿਆ ਅਸੀਂ ਪ੍ਰਧਾਨ ਜੀ ਨਾਲ ਗੱਲਬਾਤ ਕਰਾਂਗੇ, ਮੋਰਚੇ ਦੀ ਸਥਿਤੀ ਕੀ ਹੈ? ਦੇਖੋ, ਮੋਰਚਾ ਮੇਰਾ ਖਿਆਲ ਹੈ, ਮੇਰੇ ਨਾਲੋਂ ਵੱਧ ਪਤਾ ਪ੍ਰੈਸ ਨੂੰ ਹੁੰਦਾ, ਜਿਸ ਤਰੀਕੇ ਦੇ ਨਾਲ ਮੋਰਚੇ ਦੇ ਪ੍ਰਭਾਵ ਨਜ਼ਰ ਆ ਰਹੇ ਨੇ। ਸਰਕਾਰ WTO ਬਾਰੇ ਗੱਲ ਨਹੀਂ ਸੀ ਕਰਨ ਦਿੰਦੀ, ਲੇਕਿਨ WTO ਦੇ ਸਰਕਾਰ ਚਲੀ ਗਈ। ਇਹ ਕਹਿ ਬੈਠੀ ਕਿ ਪੀਸ ਕਲੋਜ ਨੂੰ ਰੈਗੂਲਰ ਕਰੋ, 10% ਵਾਲੀ ਸ਼ਰਤ ਖਤਮ ਕਰੋ। ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਕਰਜ਼ੇ ਦਾ ਵਿਆਜ ਮਾਫ਼ ਕਰ ਦੇਣਾ। ਉਸ ਤੋਂ ਬਾਅਦ ਕਿਸਾਨਾਂ ਦਾ ਜਿਹੜਾ ਗੰਨੇ ਦਾ ਜਦੋਂ ਅੰਦੋਲਨ ਕੀਤਾ ਲੋਕਾਂ ਨੇ, ਸਰਕਾਰ ਦੇ ਕੰਨ 'ਤੇ ਕੋਈ ਜੂ ਨਹੀਂ ਸਰਕੀ, ਲੇਕਿਨ ਜਿਸ ਵੇਲੇ ਆਹ ਅੰਦੋਲਨ ਸ਼ੁਰੂ ਹੋਇਆ, 25 ਰੁਪਈਏ ਗੰਨੇ ਦਾ ਰੇਟ ਵਧਾ ਦੇਣਾ, ਜੂਟ ਅਤੇ ਨਰਮੇ ਵਾਲਿਆਂ ਨੂੰ ਕਹਿ ਦੇਣਾ ਕਿ ਜੀ ਅਸੀਂ ਤੁਹਾਡਾ ਨਰਮਾ ਖਰੀਦਾਂਗੇ, ਅਗਰ ਕੋਈ ਪ੍ਰਾਈਵੇਟ ਵਪਾਰੀ ਨਹੀਂ ਖਰੀਦੂਗਾ MSP 'ਤੇ। ਉਦੋਂ ਗਾਂ ਫਿਰ ਪ੍ਰਪੋਜ਼ਲ ਦੇ ਦੇਣੀ ਕਿ ਅਸੀਂ 5 ਫਸਲਾਂ 'ਤੇ ਦਿੰਦੇ ਹਾਂ। ਤਾਂ ਇਹਦਾ ਮਤਲਬ ਇਹ ਨਿਕਲਦਾ ਕਿ ਅੰਦੋਲਨ ਦਾ ਪ੍ਰਭਾਵ ਜੇ ਸਰਕਾਰ 'ਤੇ ਪੈ ਰਿਹਾ। ਸਭ ਤੋਂ ਵੱਡਾ ਪ੍ਰਭਾਵ ਕੱਲ੍ਹ ਪੈ ਗਿਆ ਕਿ ਹਰਿਆਣਾ ਸਰਕਾਰ ਨੂੰ ਐਂਟੀ ਕੰਬੈਂਸੀ ਜੋ ਬਣਿਆ ਉਹਨੂੰ ਕਵਰ ਕਰਨ ਦੇ ਲਈ ਸਰਕਾਰ, ਇਕੱਲਾ ਮੁੱਖ ਮੰਤਰੀ ਨਹੀਂ, ਪੂਰੀ ਦੀ ਪੂਰੀ ਸਰਕਾਰ ਪਲਟਣੀ ਪੈ ਗਈ। ਇਹਦਾ ਮਤਲਬ ਇਹ ਨਿਕਲਦਾ ਕਿ ਅੰਦੋਲਨ ਚੜ੍ਹਦੀ ਕਲਾ 'ਚ ਹੈ। ਅਗਰ ਢਹਿੰਦੀ ਕਲਾ 'ਚ ਹੁੰਦਾ ਅੰਦੋਲਨ, ਫਿਰ ਸਰਕਾਰ ਇਹ ਕੰਮ ਥੋੜ੍ਹੀ ਕਰਦੀ ਸੀ। ਸੋ ਇਸ ਕਰਕੇ ਵਾਹਿਗੁਰੂ ਦੀ ਕਿਰਪਾ ਹੈ। ਰਹਿੰਦੀ ਕਸਰ ਇਹ ਹੈ ਕਿ ਡੱਬ ਵਾਲੀ ਏਰੀਆ ਦੇ ਵਿੱਚ ਸਾਡਾ ਅੰਦੋਲਨ ਹਜੇ ਉੱਥੋਂ ਮਗਿਆ ਨਹੀਂ ਸੀ, ਲੇਕਿਨ ਰਾਤ ਤੋਂ ਉੱਥੇ ਵੀ ਕੁਝ ਰਾਜਸਥਾਨ ਤੋਂ, ਕੁਝ ਪੰਜਾਬ ਦੀਆਂ, ਕੁਝ ਹਰਿਆਣੇ ਦੀਆਂ ਟਰਾਲੀਆਂ ਨੇ ਆ ਕੇ ਡੱਬ ਵਾਲੀ ਬਾਰਡਰ ਵੀ ਕਵਰ ਕੀਤਾ, ਉੱਥੇ ਵੀ ਲੋਕ ਮਤਲਬ ਆ ਕੇ ਬਹਿ ਗਏ ਨੇ। ਸੋ ਇਸ ਕਰਕੇ ਅੰਦੋਲਨ ਚੜ੍ਹਦੀ ਕਲਾ 'ਚ ਹੈ। ਹਰਿਆਣੇ ਦੇ ਵਿੱਚ ਆਲਰੇਡੀ ਮਤਲਬ ਕਿ 2-3 ਪੁਆਇੰਟਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਚੱਲ ਰਹੇ ਨੇ ਜੀ। ਜਿਹੜਾ ਨਵਾਂ CM ਆਇਆ ਉਹਦੇ ਤੋਂ ਕੋਈ ਆਸ ਹੈ ਜੀ? ਦੇਖੋ, ਇਹ ਉਹਨਾਂ ਦੀਆਂ ਨੇ ਪੋਲੀਟੀਕਲ ਗਿਣਤੀਆਂ ਮਿਣਤੀਆਂ। ਜੇ ਤਾਂ ਉਹਨਾਂ ਨੇ ਇਹਦੇ ਤੋਂ ਸਬਕ ਸਿੱਖਿਆ ਹੋਇਆ, ਫਿਰ ਤਾਂ ਸੁਭਾਵਿਕ ਹੈ ਕਿ ਇਹਦਾ ਰਿਜ਼ਲਟ ਆਏਗਾ। ਅਗਰ ਸਬਕ ਸਿੱਖਣ ਦੀ ਬਜਾਏ ਕੇਵਲ ਐਂਟੀ ਕੰਬੈਂਸੀ ਨੂੰ ਕਵਰ ਕਰਨਾ ਇੱਥੇ ਬਣਾਇਆ, ਤਾਂ ਫਿਰ ਹੋ ਸਕਦਾ ਉਹ ਜਿਹੜੀ BJP ਦੀ ਸੋਚ ਹੈ ਉਸੇ ਸੋਚ ਨੂੰ ਲੋਕ ਲੈ ਕੇ ਹੀ ਇਹ ਅੱਗੇ ਵੱਧ ਸਕਦਾ।
ਲੇਕਿਨ ਇਹ ਸਮਾਂ ਦੱਸੂਗਾ ਕਿ ਉਹ ਕਿੱਧਰ ਨੂੰ ਚੱਲਦੀ ਹੈ ਗੱਲ। ਲੇਕਿਨ ਇਹ ਜ਼ਰੂਰ ਹੈ ਕਿ ਮੁੱਖ ਮੰਤਰੀ ਬਦਲ ਨਾਲ, ਸਰਕਾਰ ਬਦਲਣ ਦੇ ਨਾਲ ਜੋ ਬੀਜੇਪੀ ਦੇ ਪ੍ਰਤੀ ਲੋਕਾਂ ਦੇ ਅੰਦਰ ਗੁੱਸਾ ਹੈ, ਉਹ ਗੁੱਸਾ ਖਤਮ ਨਹੀਂ ਹੋਣ ਲੱਗਿਆ। ਉਹ ਗੁੱਸਾ ਸਗੋਂ ਮਤਲਬ ਅਗਰ ਸਰਕਾਰ ਨੂੰ ਇਵੇਂ ਜਿਵੇਂ ਲਮਕਾਏਗੀ, ਉਹ ਗੁੱਸਾ ਹੋਰ ਤੇਜ਼ ਹੋਏਗਾ। ਸਰਕਾਰ ਵੱਲੋਂ ਕੋਈ ਮੀਟਿੰਗ ਦਾ ਆਫਰ ਆਈ ਹੈ? ਹੋ ਤਾਂ ਇਹ ਵੀ ਸਕਦਾ ਵੀ ਉਹ ਮੁੱਖ ਮੰਤਰੀ ਉਹ ਨਾ ਰਹੇ ਅੱਜ, ਜੋ ਹੁਣ ਦਾ ਖਬਰ ਆ ਰਿਹਾ ਨਾ, ਉਸਦੀ ਕੁਰਸੀ ਖਤਰੇ ਵਿੱਚ ਹੈ, ਹੋ ਸਕਦਾ ਮੁੱਖ ਮੰਤਰੀ ਹੋ ਰਹੇ ਅੱਜ। ਸਰਕਾਰ ਵੱਲੋਂ ਕੋਈ ਆਫਰ ਆਈ ਹੈ ਦੁਬਾਰੇ ਗੱਲਬਾਤ? ਦੇਖੋ, ਸਰਕਾਰ ਵੱਲੋਂ ਹਜੇ ਤੱਕ ਕੋਈ ਗੱਲਬਾਤ ਨਹੀਂ। ਸਾਨੂੰ ਐਡੀ ਗੱਲ ਇਹ ਵੀ ਨਹੀਂ ਹੁੰਦੀ ਕਿ ਇੰਟਰਸਟ ਨਹੀਂ ਹੁੰਦਾ ਗਾ ਵੀ ਜ਼ਰੂਰ ਮੀਟਿੰਗ ਕਰੇ ਸਰਕਾਰ ਕੋਲ। ਸਾਡੀ ਤਾਂ ਇੱਕੋ ਗੱਲ ਹੈ ਕਿ ਸਾਡੀਆਂ ਮੰਗਾਂ ਮੰਨੇ, ਸਾਡੇ ਮਸਲਿਆਂ ਦਾ ਹੱਲ ਕਰੇ। ਉਹ ਸਰਕਾਰ ਜਿੱਥੇ ਮਰਜ਼ੀ ਬੈਠੀ ਕਰ ਸਕਦੀ ਹੈ, ਅਨਾਊਂਸਮੈਂਟ ਕਰੇ ਸਾਡੇ ਘਰੇ, ਸਾਡੇ ਇੱਥੇ ਬੈਠਿਆਂ ਕੋਲ ਸਾਨੂੰ ਨੋਟੀਫਿਕੇਸ਼ਨ ਭੇਜੇ, ਅਸੀਂ ਸੈਟਿਸਫਾਈ ਹਾਂ, ਅਸੀਂ ਮੀਟਿੰਗ ਚੁੱਕੀ ਲੈਣਾ। ਚੰਗੀ ਗੱਲ ਹੈ। ਸਰਕਾਰ ਕਿਸ ਤਰੀਕੇ ਨਾਲ ਹੱਲ ਕਰਦੀ ਹੈ, ਸਰਕਾਰ ਨੇ ਦੇਖਣਾ, ਮੀਟਿੰਗ ਕਰਕੇ ਹੱਲ ਕਰਨਾ ਜਾਂ ਸਿੱਧੇ ਤੌਰ 'ਤੇ ਗੱਲ ਕਰਨਾ। ਪੰਜਾਬ ਸਰਕਾਰ ਦੀ ਹੁਣ ਕੀ ਭੂਮਿਕਾ ਜੀ ਅੱਗੇ? ਦੇਖੋ, ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਮੈਂ ਤਾਂ ਇਹ ਕਹੂੰਗਾ। ਜੋ 21 ਤਰੀਕ ਨੂੰ ਵਾਪਰਿਆ ਉਹ ਨਹੀਂ ਸੀ ਵਾਪਰਨਾ, ਜੇਕਰ ਜਿਹੜਾ ਅਸੀਂ 14 ਤਰੀਕ ਨੂੰ ਪੰਜਾਬ ਸਰਕਾਰ ਨੂੰ ਹਰਿਆਣਾ ਪੁਲਿਸ ਦਾ ਅਧਿਕਾਰੀ ਫੜ ਕੇ ਦਿੱਤਾ, ਅਗਰ ਉਹਦੇ 'ਤੇ ਕਾਰਵਾਈ ਕਰ ਜਾਂਦੇ ਤਾਂ ਹਰਿਆਣੇ ਵਾਲਿਆਂ ਦੀ ਜ਼ਰੂਰਤ ਨਹੀਂ ਸੀ ਪੈਂਦੀ ਕਿ ਸਾਡੇ ਮੁੰਡਿਆਂ ਨੂੰ ਪ੍ਰਵੋਕ ਕਰਦੇ। ਇੱਕ ਅਗਲੇ ਸਾਹਮਣੇ ਵਾਲੇ ਪਾਸਿਓਂ ਜਿਹੜੀ ਪੁਲਿਸ ਹੈ ਹਰਿਆਣਾ, ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ, ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਇਸ ਗੱਲ ਦੀ ਕਿ ਕੀ ਹਰਿਆਣਾ ਪੁਲਿਸ ਜੈ ਸ਼੍ਰੀ ਰਾਮ ਦੇ ਨਾਰੇ ਲਾ ਸਕਦੀ ਹੈ, ਕਿ ਉਹਨੂੰ ਰਾਈਟ ਹੈ। ਜੇ ਉਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ, ਫਿਰ ਉਹ ਪੁਲਿਸ ਹੈ ਜਾਂ ਕੁਛ ਹੋਰ ਹੈ ਪੁਲਿਸ ਦੇ ਰੂਪ 'ਚ, ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਔਰ ਉਹਨਾਂ ਉਹ ਪ੍ਰਵੋਕ ਕਰਨ ਦੀ ਕੋਸ਼ਿਸ਼ ਹੋਈ ਉਦੋਂ ਵੀ ਹੁੰਦੀ ਰਹੀ ਜਿਹਦੇ ਵਿੱਚ ਪੰਜਾਬ ਸਰਕਾਰ ਨਾਕਾਮ ਰਹੀ ਹੈ। ਉੱਥੇ ਤਾਂ ਪੰਜਾਬ ਸਰਕਾਰ ਇਹ ਕਹਿੰਦੀ ਹੈ ਵੀ ਖਨੌਰੀ ਬਾਰਡਰ 'ਤੇ ਤੁਸੀਂ ਜੀ ਹਰਿਆਣੇ ਦੀ ਸੀਮਾ ਚਲੇ ਗਏ, ਤੁਸੀਂ ਕਹਾਂ ਬੈਠੇ ਹੋ ਇੱਥੇ? ਤਾਂ ਯਾਰ ਅਸੀਂ ਮਤਲਬ ਪੰਜਾਬ ਦੇ ਏਰੀਏ 'ਚ ਹਰਿਆਣਾ ਪੁਲਿਸ ਆ ਕੇ ਬੈਰੀਕੇਟਿੰਗ ਕਰੀ ਬੈਠੀ ਹੈ, ਇੱਥੇ ਫਿਰ ਕੀ 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 ਨੋਟਿਸ ਲਿਆ? ਇੱਥੇ ਵੀ ਤਾਂ ਪੰਜਾਬ ਦੇ ਏਰੀਏ 'ਚ ਏਰੀਏ ਦੇ ਵਿੱਚ ਆ ਕੇ ਮੋਟਾਰ ਵਰਗੇ ਮਤਲਬ ਗੋਲੇ ਸਿੱਟੇ ਗਏ, ਕਿੰਨੀ ਵੱਡੀ ਪੱਧਰ ਦੇ ਉੱਤੇ ਗੋਲੀ ਚੱਲੀ, ਕਿੰਨੇ ਲੋਕ ਜ਼ਖਮੀ ਹੋਏ, ਕਿੰਨੇ ਦੀਆਂ ਲੱਤਾਂ ਟੁੱਟੀਆਂ, ਕਿੰਨੇ ਦੀਆਂ ਅੱਖਾਂ ਗਈਆਂ। ਉਹ ਪੰਜਾਬ ਗਵਰਨਮੈਂਟ ਵੱਲੋਂ ਕੋਈ ਨੋਟਿਸ ਨਾ ਲੈਣਾ ਇਹ ਨਾਕਾਮੀ ਹੈ। ਜਿਹੜਾ ਸਾਡਾ ਨੌਜਵਾਨ ਪ੍ਰੀਤਪਾਲ ਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਕੇ ਗਈ, ਉਹਦੀ ਖਾਤਰ ਵੀ ਅਸੀਂ ਵਾਰ ਵਾਰ ਪੰਜਾਬ ਸਰਕਾਰ ਨੂੰ ਲਿਖਦੇ ਰਹੇ ਕਿ ਬਈ ਇਹ ਮਤਲਬ ਸਾਡਾ ਨੌਜਵਾਨ ਲੈ ਗਏ ਨੇ, ਉਹ ਵਾਪਸ ਲੈ ਕੇ ਦਿਓ ਸਾਨੂੰ। ਅਸੀਂ ਕੀ ਉਮੀਦ ਕਰਦੇ ਹਾਂ ਜਿਹੜੇ ਚੱਕ ਹੀ ਲੈ ਕੇ ਗਏ ਨੇ ਸਾਡੇ ਮੁੰਡੇ ਨੂੰ, ਜਿਹੜੇ ਅਗਵਾਹ ਕਰਕੇ ਲੈ ਗਏ, ਉੱਥੇ ਮੌਤ ਵੀ ਹੋ ਸਕਦੀ ਹੈ, ਕੌਣ ਇਲਾਜ ਕਰੇਗਾ ਉਹਦਾ? ਖੁਦ ਕੁੱਟ ਕੇ ਖੁਦ ਜ਼ਖਮੀ ਕਰਕੇ ਉਹਦਾ ਕੌਣ ਇਲਾਜ ਕਰੇਗਾ? ਤਾਂ ਪੰਜਾਬ ਗਵਰਨਮੈਂਟ ਦੀ ਇੱਥੇ ਨਾਕਾਮੀ ਰਹੀ ਹੈ। ਸਾਨੂੰ ਅਖੀਰ ਨੂੰ ਹਾਈ ਕੋਰਟ ਦਾ ਆਸਰਾ ਲੈਣਾ ਪਿਆ, ਉੱਥੋਂ ਅਸੀਂ ਉਸ ਨੌਜਵਾਨ ਨੂੰ ਮਤਲਬ ਆਰਡਰ ਕਰਵਾ ਕੇ ਲੈ ਕੇ ਆਏ। ਅਤੇ ਇਹ ਸਾਰੀਆਂ ਗੱਲਾਂ ਤੋਂ ਪਤਾ ਲੱਗਦਾ ਕਿ ਪੰਜਾਬ ਗਵਰਨਮੈਂਟ ਦਾ ਫੇਲੀਅਰ ਹੈ। ਹੁਣ ਪੰਜਾਬ ਸਰਕਾਰ ਦਾ ਕੋਈ ਹੈ? ਤੁਸੀਂ ਪੁੱਛਿਆ ਸੀ ਜਦੋਂ ਉਹਨਾਂ ਨੂੰ ਵੀ ਇੱਥੇ ਆਪਣੇ ਏਰੀਏ ਦੇ ਵਿੱਚ ਆਪਣੀ ਸਰਹੱਦ ਦੇ ਵਿੱਚ ਆ ਕੇ ਇਹਨਾਂ ਨੇ ਲਾਇਆ, ਤਾਂ ਉਹਨਾਂ ਦਾ ਜਵਾਬ ਕੀ ਸੀ? ਦੇਖੋ, ਹਾਂ ਅਸੀਂ ਪੜਤਾਲ ਕਰਦੇ ਹਾਂ ਜੀ, ਅਸੀਂ ਇਨਵੈਸਟੀਗੇਸ਼ਨ ਕਰਦੇ ਹਾਂ, ਅਸੀਂ ਜਾਂਚ ਕਰਦੇ ਹਾਂ ਕਿਹੜਾ ਕਿੱਥੇ ਹੈ। ਲੇਕਿਨ ਉੱਥੇ ਤਾਂ ਜਿੱਥੇ ਨੌਜਵਾਨ ਦੀ ਮੌਤ ਹੋ ਗਈ ਉੱਥੇ ਤਾਂ ਫੀਤਾ ਮਾਰ ਲਿਆ ਗਿਆ, ਉੱਥੇ ਤਾਂ ਸੀਮਾ ਲੱਭਦੇ ਨੇ ਕਿ ਆਹ ਸੀਮਾ ਇੱਥੇ ਬਣਦੀ ਹੈ। ਲੇਕਿਨ ਇਹਦੇ ਵਾਰੀ ਫਿਰ ਮਤਲਬ ਸਰਕਾਰ ਨੇ ਆਪਦੇ ਕੰਨਾਂ 'ਤੇ ਹੱਥ ਧਰੇ ਹੋਏ ਨੇ। ਇਹਦਾ ਮਤਲਬ ਇਹ ਹੈ ਕਿ ਕੇਂਦਰ ਦੇ ਦਬਾਅ ਥੱਲੇ, ਜਾਂ ਇਹ ਕਹਿ ਲਓ
ਕਿ ਇੱਕੋ ਥੈਲੇ ਦੇ ਵੱਟੇ ਨੇ, ਇੱਕੋ ਹੀ ਗੱਲ ਹੈ। ਸੱਤਾ 'ਤੇ ਬੈਠਾ ਹਰ ਵਿਅਕਤੀ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਹੁੰਦਾ ਜੀ। ਤੁਸੀਂ ਆਪਣੇ ਨੌਜਵਾਨਾਂ ਨੂੰ ਕੀ ਸੁਨੇਹਾ ਦਿਓਗੇ? ਦੇਖੋ, ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਕਿ ਅੰਦੋਲਨ ਜਿਹੋ ਜਿਹੇ ਰਿਜ਼ਲਟ ਆ ਰਹੇ ਨੇ, ਵਾਹਿਗੁਰੂ ਦੀ ਕਿਰਪਾ ਨਾਲ ਅੰਦੋਲਨ ਚੜ੍ਹਦੀ ਕਲਾ 'ਚ, ਅੰਦੋਲਨ ਨੂੰ ਆਪਾਂ ਤਕੜਾ ਕਰੀਏ। ਲੇਕਿਨ ਜਿੱਥੇ ਬੈਠਾ ਅੰਦੋਲਨ, ਅੱਗੇ ਅਸੀਂ ਦਿੱਲੀ ਬੈਠੇ ਸੀਗੇ, ਯਾਨੀ ਦਿੱਲੀ ਦੀ ਬਿਲਕੁਲ ਬਾਰਡਰ 'ਤੇ, ਆਹ ਜਿਹੜਾ ਪ੍ਰਭਾਵ ਇੱਥੇ ਅਸੀਂ ਪਾਇਆ ਐਤਕੀ ਹਰਿਆਣੇ ਸਰਕਾਰ 'ਤੇ, ਉਦੋਂ ਨਹੀਂ ਪਿਆ ਸਾਥੋਂ। ਤੁਹਾਡਾ ਇਸ ਅੰਦੋਲਨ ਦਾ ਪ੍ਰਭਾਵ ਪੂਰੇ ਦੇਸ਼ 'ਚ ਪੈ ਰਿਹਾ ਹੈ, ਬਹੁਤ ਵੱਡਾ ਪ੍ਰਭਾਵ ਪੈ ਰਿਹਾ ਹੈ। ਕਿਰਪਾ ਕਰਕੇ ਸ਼ਾਂਤ ਮਾਹੌਲ ਨੂੰ ਰੱਖ ਕੇ ਇਹ ਅੰਦੋਲਨ ਨੂੰ ਲੜਨ ਦੀ ਜਿੱਦਾਂ ਯਤਨ ਕਰੋ, ਕਿਉਂਕਿ ਡਿਸਿਪਲਿਨਡ ਫੋਰਸਾਂ ਹਮੇਸ਼ਾ ਜਿੱਤਦੀਆਂ ਨੇ, ਅਨਡਿਸਿਪਲਿਨਡ ਫੋਰਸ ਹੁੰਦੀ ਜਿਹੜੀ ਉਹ ਹਾਰਦੀ ਹੈ। ਸੋ ਮੇਰੀ ਇੰਨੀ ਕੁ ਬੇਨਤੀ ਹੈ ਕਿ ਜਾਬਤੇ 'ਚ ਰਹਿ ਕੇ ਆਪਾਂ ਲੜਾਈ ਨੂੰ ਅੱਗੇ ਲੜੀਏ। ਇਹ ਨੌਜਵਾਨਾਂ ਦੇ ਭਵਿੱਖ ਦੀ ਲੜਾਈ ਹੈ, ਇਹ ਕੋਈ ਜਿੱਦ ਦੀ ਲੜਾਈ ਨਹੀਂ ਹੈ। ਅਸੀਂ ਜ਼ਮੀਨ ਬਚਾਉਣੀ ਹੈ, ਜ਼ਮੀਨ ਬਚਾਉਣ ਦੇ ਨਾਲ ਨਾਲ ਜ਼ਮੀਨ ਨੂੰ ਵਾਹੁਣ ਵਾਲਾ ਵੀ ਬਚਾਉਣਾ, ਅਸੀਂ ਦੋਨੇ ਬਚਾ ਕੇ ਰੱਖਣੇ।